ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਕਰਾਂਗੇ ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਜੀ ਦੀ ਕੰਪੋਜੀਸ਼ਨ ਦੇ ਵਿੱਚ। ਪਾਵਨ ਸ਼ਬਦ ਹੈ, ਮੇਰਾ ਸੁੰਦਰ ਸਵਾਮੀ ਜੀ ਹਉ ਚਰਨ ਕਮਲ ਪਗ ਛਾਰਾ। ਮੱਧ ਸਪਤਕ ਦੇ ਚੌਥੇ ਕਾਲੇ ਤੋਂ ਇਸ ਸ਼ਬਦ ਨੂੰ ਗਾਇਨ ਕਰਨਾ ਹੈ। ਤਬਲੇ ਦਾ ਪੁੜਾ ਦੂਸਰੇ ਕਾਲੇ 'ਤੇ ਸੁਰ ਕਰ ਸਕਦੇ ਹੋ। ਇਹ ਸੰਵਾਦ ਦਾ ਸਵਰ ਹੈ, ਸੰਵਾਦ 'ਤੇ ਆਪਾਂ ਤਬਲੇ ਦੇ ਪੁੜੇ ਨੂੰ ਸੁਰ ਕਰ ਸਕਦੇ ਹਾਂ ਅਤੇ ਗਾਣਾ ਚੌਥੇ ਕਾਲੇ ਤੋਂ ਹੈ। ਮੇਰਾ ਸੁੰਦਰ ਸਵਾਮੀ ਜੀ ਹੋ ਚਰਨ ਕਮਲ ਪਗ ਛਾਰਾ, ਮੇਰਾ ਸੁੰਦਰ ਸਵਾਮੀ ਜੀ ਹੋ ਚਰਨ ਕਮਲ ਪਗ ਛਾਰਾ, ਹੋ ਬਿਸਮ ਭਈ ਸੀ ਅਸਥਾਈ। ਹੁਣ ਦੇਖੋ ਅਸਥਾਈ ਕਿੱਦਾਂ ਵੱਜਣੀ ਹੈ, ਮੈਂ ਸਲੋ ਵਜਾ ਕੇ ਦੱਸਾਂਗਾ ਜੀ। ਮੇਰਾ ਸੁੰਦਰ ਸਵਾਮੀ ਜੀ, ਫਿਰ ਦੇਖੋ, ਮੇਰਾ ਸੁੰਦਰ ਸਵਾਮੀ ਜੀ ਹੋ ਚਰਨ ਕਮਲ ਪਗ ਛਾਰਾ, ਮੇਰਾ ਸੁੰਦਰ ਸਵਾਮੀ ਜੀ ਹੋ ਚਰਨ ਕਮਲ ਪਗ ਛਾਰਾ, ਹੋ ਬਿਸਮ ਭਈ ਸੁੰਦਰ। ਫਿਰ ਆ ਤਿੰਨ ਸਵਰ, ਮੇਰਾ ਸੁੰਦਰ, ਮੇਰਾ ਸੁੰਦਰ ਸਵਾਮੀ ਜੀ ਹੋ ਚਰਨ ਕਮਲ ਪਗ ਛਾਰਾ, ਮੇਰਾ ਸੁੰਦਰ ਸਵਾਮੀ ਜੀ। ਅਭੀ ਦੇਖੋ ਛੋਟਾ ਜੰਗ ਹੈ। ਮੇਰਾ ਸੁੰਦਰ ਸਵਾਮੀ ਜੀ ਹੋ ਚਰਨ ਕਮਲ ਪਗ ਛਾਰਾ। ਇਹ ਸੀ ਅਸਥਾਈ। ਹੁਣ ਆਪਾਂ ਕਰਾਂਗੇ ਇਸ ਸ਼ਬਦ ਦਾ ਅੰਤਰਾ। ਠੰਡੀ ਤੀਵਾ ਕਿਸ ਜੀ ਵੱਡਿਆਰ ਨਾ ਕੋਈ, ਆ
ਸਲੋ ਪ੍ਰਭ ਪੇਖਤ ਜੀਵਾ ਠੰਡੀ ਥੀਵਾ ਤਿਸ ਜੇ ਵੱਡ ਆਵਰ ਨਾ ਕੋਈ ਪ੍ਰਭ ਪੇਖਤ ਜੀਵਾ ਠੰਡੀ ਥੀਵਾ ਤਿਸ ਜੇ ਵੱਡ ਆਵਰ ਨਾ ਕੋਈ ਆਧ ਅੰਤ ਮਗ ਪ੍ਰਭ ਆਏ ਉਹਨੂੰ ਲੰਬਾ ਕਰਨਾ ਹੈ ਆਦ ਅੰਤ ਮਧ ਪ੍ਰਭ ਰਵਿਆ ਦੇਖੋ ਫਿਰ ਜਦੋਂ ਲਾਸਟ ਵਾਪਸੀ ਆਣੀ ਆਦ ਅੰਤ ਮਧ ਪ੍ਰਭ ਰਵਿਆ ਜਲ ਥਲ ਮਹੀਏ ਸੋ ਮੇਰਾ ਸੁੰਦਰ ਇਹ 300 ਜਿਹੜੇ ਪਹਿਲਾਂ ਦੱਸੇ ਸੀ ਉਹੀ ਮੇਰਾ ਸੁੰਦਰ ਸਵਾਮੀ ਜੀ ਹੋ ਚਰਨ ਕਮਲ ਪਗਛਾਰਾ ਇਹ ਸੀ ਇਸ ਸ਼ਬਦ ਦਾ ਅਸਥਾਈ ਅੰਤਰਾ ਹੁਣ ਆਪਾਂ ਤਬਲੇ ਦੀ ਤਾਲ ਦੇ ਨਾਲ ਇਸ ਸ਼ਬਦ ਨੂੰ ਗਾਇਨ ਕਰਾਂਗੇ ਮੇਰਾ ਸੁੰਦਰ ਸਵਾਮੀ ਜੀ ਮੇਰਾ ਸੁੰਦਰ ਸੁਆਮੀ ਜੀ ਹੋ ਚਰਨ ਕਮਲ ਪਗਛਾਰਾ ਮੇਰਾ ਸੁੰਦਰ ਸੁਆਮੀ
ਬਾਕੀ ਸਾਰੇ ਅੰਤਰੇ ਵੀ ਇਹਨਾਂ ਹੀ ਸੁਰਾਂ 'ਤੇ ਲੱਗਣੇ ਹਨ ਅਤੇ ਤੁਹਾਡਾ ਇਹ ਸ਼ਬਦ ਸੰਪੂਰਨ ਹੋ ਜਾਵੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।